ਦੇਖੋ ਬਈ ਦੁਨੀਆਂ ਇਹ ਗੱਲ ਏਦਾਂ ਗੱਲਾਂ ਬਹੁਤ ਕਰਦੀ ਹੈ, ਇਹਨਾਂ ਦਾ ਕੋਈ ਮੂੰਹ ਨਹੀਂ ਹੈਗਾ। ਦੇਖੋ ਹੁਣ ਤੇ ਪੰਜ ਚਾਰ ਦਿਨ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ, ਸਾਰੀ ਕਹਿਣਤੇ ਵੀ ਆਮ ਆਦਮੀ ਪਾਰਟੀ ਨੇ ਬਈ ਉੱਥੇ ਜਿੱਤ ਜਾਣਾ, ਆ ਹੁਣ ਦੋ ਦਿਨ ਦੇ ਵਿੱਚ ਇਹ ਕਹਿਣ ਲੱਗ ਗਏ ਵੀ ਭਾਜਪਾ ਜਿੱਤੂਗੀ, ਇਹ ਹੋਊਗਾ ਵੋ ਹੋਊਗਾ। ਪਰ ਇੱਕ ਗੱਲ ਦੇਖਣ ਵਾਲੀ ਹੈਗੀ ਇੱਥੇ, ਦੇਖ ਵੀ ਆਪਾਂ ਹੁਣ 6-7 ਦਿਨ ਤਾਂ ਲਾ ਕੇ ਆਏ ਹਾਂ ਉੱਥੇ ਰਲ ਮਿਲ ਕੇ, ਹੈ ਉੱਥੇ ਤਾਂ ਰੁਝਾਨ ਤਾਂ ਵਧੀਆ, ਲੋਕ ਦੇਖ ਜਿੰਨੇ ਵੀ ਹੈਗੇ ਗੱਲਾਂ ਕਰਦੇ ਵੀ ਇਹਨੇ ਕੰਮ ਕਰਿਆ ਹੈ ਨਾ, ਪਰ ਵਿੱਚੇ ਮੋਦੀ ਮੋਦੀ ਵੀ ਕਰੀ ਜਾਂਦੇ ਆ, ਸਾਰੇ ਕਰਦੇ ਹੀ ਆ ਯਾਰ, ਹਾਂ ਵਿੱਚੇ ਮੋਦੀ ਮੋਦੀ ਵੀ ਕਰੀ ਜਾਂਦੇ ਆ। ਪਤਾ ਗੱਲ ਕਿਹਾ ਅੱਜ ਸਾਡੇ ਪਿੰਡ ਦੇ ਵੀ ਮਿਲੇ ਤੇ ਉਹ ਕਹਿੰਦੇ ਵੀ ਉੱਥੇ ਤਾਂ ਹੁਣ ਵੀ ਪਹਿਲਾਂ 70-67 ਸੀਟਾਂ ਆਈਆਂ ਦੀਆਂ ਤੇ ਹੁਣ ਕਹਿੰਦੇ ਆ ਵੀ ਇਹ ਤਾਂ ਉੱਪਰ ਨੂੰ ਪੁਜਾ ਰਿਹਾ ਵੀ 70-70 ਉਹੀ ਕਰਦੀਆਂ 70 ਆਉਂਗੀਆਂ, ਲੇਕਿਨ ਆਪਾਂ ਵੀ ਰੁਝਾਨ ਦੇਖ ਕੇ ਆਏ ਆ ਉੱਥੇ ਵੀ ਹਾਂ ਬਾਕੀ ਗੱਲ ਜਾਣਦੀ ਹੋ ਰਹੀ ਆ ਵੀ ਬਿਲਕੁਲ ਝਾੜੂ ਹੀ ਜਿੱਤੂਗਾ ਬਾਈ। ਪਰ ਜਾਂਦੀ ਰਾਤ ਦਾ ਆਪਾਂ ਰਾਤ ਤਾਂ ਆਪਾਂ ਉੱਥੇ ਆ ਗਏ, ਗੱਡੀ ਚੜ ਗਏ ਆ ਗਏ ਆ ਗਏ ਆ ਗਏ ਆਪਾਂ ਸੁਬਹਾ 5 ਵਜੇ ਉਤਰੇ ਆਏ, ਲੇਕਿਨ ਜਾਣਦੀ ਅੱਜ ਦੀ ਖਬਰ ਕੁਛ ਉੱਥੇ ਦੀ ਹੋਰ ਆ, ਕਹਿੰਦੇ ਵੀ 10-10 ਬੰਦੇ 10-10 ਵੋਟਾਂ ਨੂੰ ਵੋਟਾਂ ਵਾਲਿਆਂ ਨੂੰ ਵੀ ਇੱਕ ਇੱਕ ਮੋਟਰਸਾਈਕਲ ਵੰਡ ਰਹੇ ਆ ਭਾਜਪਾ ਵਾਲੇ। ਅੱਛਾ ਤੇ ਨਾਲ ਕਹਿੰਦੇ ਵੀ ਜਿਕੜਾ ਹੁਣ ਜਿਹਦੀਆਂ 4 ਵੋਟਾਂ ਉਹਨੂੰ LCD ਤੇ 5-5 ਹਜ਼ਾਰ ਰੁਪਈਆ, ਕਹਿੰਦੇ ਵੀ ਵੋਟ ਪਰ ਇੱਕ ਵੋਟ ਦਾ 5,000 ਰੁਪਈਆ ਜਾਂਦੀ। ਤੇ ਗੱਲ ਥੋੜੀ ਕਿ ਸਰਕਾਰ ਜਿਕੜਾ ਕੇਜਰੀਵਾਲ ਨੇ ਕੰਮ ਕਰੇ ਆ ਉੱਥੇ ਉਹਦੇ ਕੰਮ ਦੇ ਹਿਸਾਬ ਨਾਲ ਲਾ ਕੇ ਚੱਲੀਏ ਵੀ ਫਿਰ ਤਾਂ ਇਹਨਾਂ ਨੂੰ ਇੱਕ ਇੱਕ ਸੀਟ ਵੀ ਨੀ ਜਾਂਦੀ ਦਿਖਦੀ। ਜੇ ਨਹੀਂ ਦੇਖੋ ਕੰਮ ਦੀ ਗੱਲ, ਹੁਣ ਗੱਲ ਤਾਂ ਦੁਨੀਆਂ ਪਰ ਖੜੀ ਹੈ ਸਾਰੀ ਦੀ ਸਾਰੀ, ਪਬਲਿਕ ਕਿਆ ਸੋਚਦੀ ਹੈ ਠੀਕ ਹੈ ਨਾ। ਹੁਣ ਪਬਲਿਕ ਦਾਰੂ ਪਰ ਜਾਂਦੀ ਹੈ, ਪੈਸੇ ਪਰ ਜਾਂਦੀ ਹੈ, LCD ਪਰ ਜਾਂਦੀ, ਮੋਟਰਸਾਈਕਲ ਪਰ ਜਾਂਦੀ ਹੈ, ਇਹ ਦੇਖਣਾ ਜਾਂ ਫਿਰ ਕੰਮ ਪਰ ਜਾਊਂਗੀ। ਗੱਲ ਦੇਖੋ ਪਤਾ ਕਿਆ ਗੱਲ ਆ, ਜਿਹੜੀ ਆਪਣੀ ਰਾਜਨੀਤੀ ਹੈ ਨਾ ਜਿਹੜੀ ਹੁਣ ਪਹਿਲਾਂ ਤੇ ਇੰਨੀ ਗੰਦਲੀ ਹੋ ਗਈ ਹੈ ਨਾ ਇਹ ਬਈ ਇਹਦੇ ਬਾਰੇ ਹੁਣ ਕੁਛ ਕਿਹਾ ਨਹੀਂ ਜਾ ਸਕਦਾ ਠੀਕ ਹੈ ਨਾ। ਜੇ ਇਸ ਵਾਰ ਮੈਂ ਇੱਕ ਗੱਲ ਬਾਰੇ, ਪਹਿਲੀ ਗੱਲ ਤਾਂ ਪਰਮਾਤਮਾ ਕਰੇ ਇਹੋ ਜਿਹਾ ਕੰਮ ਨਾ ਹੋਵੇ, ਸਿੱਧੀ ਜੀ ਗੱਲ ਆਪਾਂ ਤੁਹਾਨੂੰ ਕਹੀਏ, ਕਿਉਂਕਿ ਜੇ ਉੱਥੇ ਕੇਜਰੀਵਾਲ ਸਾਹਿਬ ਹਾਰਦੇ ਆ ਨਾ ਤਾਂ ਚੰਗੀ ਰਾਜਨੀਤੀ ਖਤਮ ਹੋ ਜਾਣੀ ਹੈ ਬਾਈ, ਫਿਰ ਕਿਸੇ ਦੀ ਸੁਣਵਾਈ ਨੀ। ਬਸ ਇੱਕੋ ਗੱਲ ਸਾਹਮਣੇ ਆਉਣੀ ਵੀ ਵੋਟੀ ਗੇਰੋ ਵੋਟ ਲੋ, ਕੁੱਤੇ ਬਣਾ ਕੇ ਰੱਖ ਦੇਣੇ ਇਹਨਾਂ ਨੇ, ਗਰੰਟੀ ਹੈ ਇਹ ਗੱਲ ਦੀ, ਫਿਰ ਬਣ ਲੋਕ ਹੋਣਗੇ ਵੀ ਕੁੱਤੇ, ਇਹ ਵੀ ਗੱਲ ਹੈਗੀ ਹੈ ਵੀ ਇਹਨਾਂ ਨੂੰ ਤਾਂ ਵੋਟੀ ਗੇਰੋ ਜੋ ਮਰਜ਼ੀ ਕਰਾ ਲਓ ਬਸ ਇਹਨਾਂ ਦੇ, ਉਹਨਾਂ ਨੇ ਖਾਣਾ ਰੱਜ ਕੇ। ਅੱਜ ਦੀ ਡੇਟ ਦੇ ਵਿੱਚ ਇੱਕ ਗੱਲ ਦੇਖਣੇ ਵਾਲੀ ਹੈ, ਬੰਦੇ ਲਲਕਾਰ ਲਲਕਾਰ ਕੇ ਕਹਿੰਦੇ ਆ ਵੀ ਜਿਹੜੀ ਦਿੱਲੀ ਸਰਕਾਰ ਆ ਉਹ ਪ੍ਰੋਫਿਟ ਵਿੱਚ ਆ, ਬਾਕੀ ਕੋਈ ਸੂਬਾ ਕਹਿੰਦੇ ਨੀ ਪ੍ਰੋਫਿਟ ਵਿੱਚ, ਸਾਰੇ ਕਰਜ਼ਈ ਕਹਤੇ ਆ ਬਈ ਹਨਾ। ਜੇ ਕਹਿੰਦੇ ਵੀ ਇੱਕ ਇੱਕ ਗੱਲ ਬਾਈ ਹੋਰ ਵੀ ਹੈਗੀ ਆ, ਗੱਲ ਏਦਾਂ ਵੀ ਚੁੱਕਣਾ ਨਾ, ਮੇਨ ਗੱਲ ਜਿਹੜੀ ਐਜੂਕੇਸ਼ਨ ਦੀ, ਚਲੋ ਐਜੂਕੇਸ਼ਨ ਦੀ ਗੱਲ ਕਰੀਏ, ਚੰਗੀਆਂ ਬਿਲਡਿੰਗਾਂ ਹੋਣਾ ਕੋਈ, ਚੰਗੀਆਂ ਬਿਲਡਿੰਗਾਂ ਹੋਣੀ ਕੋਈ ਚੰਗੀ ਗੱਲ ਨਹੀਂ, ਉਹਦੇ ਵਿੱਚ ਚੰਗੇ ਟੀਚਰ ਹੋਣੇ ਚੰਗੀ ਗੱਲ ਹੈ। ਬਿਲਡਿੰਗਾਂ ਤਾਂ ਹੁਣ ਪ੍ਰਾਈਵੇਟ ਦੀਆਂ ਸੋਹਣੀਆਂ ਸੋਹਣੀਆਂ ਬਣੀਆਂ ਹੋਈਆਂ, ਪਰ ਜੇ ਉਹਦੇ ਵਿੱਚ 5ਵੀਂ 7ਵੀਂ 10ਵੀਂ ਪਾਸ ਵਾਲੇ ਟੀਚਰ ਰੱਖੇ ਵੀ ਸਾਡੇ ਬੱਚਿਆਂ ਨੂੰ ਕੀ ਪੜ੍ਹਾਉਣਗੇ। ਹੁਣ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਤਾਂ ਬੇਸ਼ੱਕ ਮਾੜੀਆਂ, ਪਰ ਉਹਨਾਂ ਵਿੱਚ ਜਿਹੜੇ ਟੀਚਰ ਆ ਕੁਆਲੀਫਾਈਡ ਹੈ। ਹੁਣ ਉੱਥੇ ਪੜ੍ਹਾਈ ਨਹੀਂ ਹੋ ਰਹੀ, ਮੰਨ ਕੇ ਚੱਲਦੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਰਹੀ, ਉੱਥੇ ਚਲੋ ਇੱਕ ਡਿਸਿਪਲਿਨ ਦੀ ਥੋੜੀ ਜਿਹੀ ਕਮੀ ਹੈ, ਉਹ ਡਿਸਿਪਲਿਨ ਅਸੀਂ ਆਪ ਸਾਰੇ ਸਵਾਰ ਸਕਦੇ ਹਾਂ, ਇਹ 'ਚ ਕੋਈ ਦੋ ਰਾਹ ਹੀ ਨਹੀਂ, ਸਵਾਰ ਸਕਦੇ ਹਾਂ, ਪਰ ਉਹ ਸਵਾਰਨਾ ਕਿਹਨੇ ਹੈ, ਉਹਦੇ ਲਈ ਯਤਨ ਨਹੀਂ ਹੋ ਰਿਹਾ। ਉਹਨੇ ਉੱਥੇ ਡਿਸਿਪਲਿਨ ਲੋਡ ਕਰਤਾ, ਡਿਸਿਪਲਿਨ ਲੋਡ ਕਰਤਾ, ਉਹ ਕਹਿੰਦੇ ਵੀ ਬਿਲਡਿੰਗਾਂ ਨੇ ਥੋੜ੍ਹਾ ਪੜ੍ਹਾਉਣਾ, ਤੁਹਾਨੂੰ ਪੜ੍ਹਾਉਣਾ ਤਾਂ ਬੱਚਿਆਂ ਨੇ। ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਤੇ 3 ਸਕੂਲ ਇਹੋ ਜਿਹੇ ਆ ਉਹਦੇ ਜਿਹੜੇ ਸਭ ਤੋਂ ਉੱਪਰ ਰਹੇ ਆ, ਸਾਰੇ ਪ੍ਰਾਈਵੇਟ ਸਕੂਲਾਂ ਤੋਂ ਵੀ ਉੱਪਰ ਰਹੇ ਆ।
ਜੇ ਉੱਥੇ ਕੁਛ ਸੁਧਾਰ ਹੋਇਆ ਬਾਈ ਤਾਂ ਹੀ ਹੋਇਆ ਇਹ, ਐਵੇਂ ਥੋੜੋ ਯਾਰ ਲੋਕ ਗੱਲਾਂ ਕਰਦੇ। ਪਰ ਇੱਕ ਗੱਲ ਹੈ ਹੁਣ ਦੇਖਣ ਦੀ ਗੱਲ ਹੈ, ਪਤਾ ਕਿਆ ਚੱਕਰ ਆ ਅਸਲ ਵਿੱਚ ਤੁਹਾਨੂੰ ਮੈਂ ਗੱਲ ਦਾ, ਦੇਖੋ ਆਪਾਂ ਤਾਂ ਹੈਗੇ ਦਰਮਿਆਨੇ ਜੇ ਲੋਕ, ਖੇਤਾਂ ਦੇ ਵਿੱਚ ਹੁਣ ਆਪਾਂ ਘੁੰਮਦੇ ਫਿਰਦੇ ਆਪਣੀ ਫਸਲ ਦੀ ਗੱਲ ਆਪਣੇ ਉਹ ਕਰਨਾ, ਜਿਹੜੇ ਵੱਡੇ ਲੋਕ ਹੈ ਹੁਣ ਸਾਡੇ ਪਿੰਡ ਵਿੱਚ ਤਾਂ ਦੇਖਦੇ ਹਾਂ, ਸਾਡੇ ਪਿੰਡ ਦੇ ਵਿੱਚ ਚਾਰ ਬੰਦਿਆਂ ਦੇ ਬੱਚੇ ਆ ਜਿਹੜੇ ਉਹ ਉਹਦੇ ਵਿੱਚ ਜਾ ਰਹੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਰਹੇ ਹਾਂ, ਬੈਨ ਦੇ ਵਿੱਚ ਬੈਠ ਕੇ ਜਾ ਰਹੇ ਹਾਂ, ਟੌਰ ਕੱਢ ਕੇ ਜਾ ਰਹੇ ਹਾਂ, ਉੱਥੇ ਤਾਂ ਉਹਦਾ ਸਟੇਟਸ ਤੈਅ ਹੋ ਜਾਂਦਾ ਥੋੜਾ ਜਿਹਾ, ਹਨਾ। ਇੱਕ ਦਾ ਬੱਚਾ ਇਹ ਨਿੱਕਰ ਦੇ ਵਿੱਚ ਉਹੀ ਮਤਲਬ ਕਿ ਪੁਰਾਣੇ ਕੱਪੜਿਆਂ ਦੇ ਵਿੱਚ ਨਹੀਂ ਹੁੰਦੀ ਗੁੰਜਾਇਸ਼, ਘਰਦਿਆਂ ਕੋਲ ਬੱਚਿਆਂ ਨੂੰ ਨਹੀਂ ਕੱਪੜੇ ਲੈ ਕੇ ਦੇ ਹੁੰਦੇ, ਪੁਰਾਣੇ ਕੱਪੜਿਆਂ ਕੋਲ ਸਕੂਲ ਨੂੰ ਜਾ ਰਿਹਾ ਹੈ, ਹਨਾ। ਉਹਨਾਂ ਦਾ ਸਟੇਟਸ 'ਚ ਫਰਕ ਪੈ ਗਿਆ, ਉਹ ਇੱਥੇ ਬੈਠੇ ਆ ਉਹ ਇੱਥੇ ਬੈਠੇ ਆ, ਪਰ ਦਿੱਲੀ ਦੇ ਵਿੱਚ ਕਿਆ ਕਰਤਾ ਉਹ ਚੀਜ਼ ਨੂੰ ਬਰਾਬਰ ਕਰਤਾ। ਹੁਣ ਉਹਨਾਂ ਦਿੱਲੀ ਦੇ ਵਿੱਚ ਕਿਹਾ ਹੋਵੇ ਜਿਹੜੇ ਉੱਪਰ ਵਾਲੇ ਬੰਦੇ ਉਹ ਕਹਿੰਦੇ ਵੀ ਇਹ ਬੰਦੇ ਸਾਡੇ ਬਰਾਬਰ ਆ ਗਏ ਜਦੋਂ, ਹੈਂ ਵੀ ਸਾਡੀ ਸਾਰੀ ਇੱਜ਼ਤ ਕਿੱਥੇ ਰਹੂਗੀ, ਸਾਨੂੰ ਮਾਰ ਪਾਊਗੀ, ਸਾਨੂੰ ਮਾਰ ਪਊਗੀ, ਉਹ ਡਰੇ ਪਏ ਬਖਲਾਏ ਪਏ ਆ। ਹੁਣ ਉੱਥੇ ਦੇਖੋ ਦਿੱਲੀ ਦੀ ਗੱਲ ਆ, ਹੁਣ ਦਿੱਲੀ ਦੇ ਵਿੱਚ ਭਾਜਪਾ ਨੇ ਮੁੱਛ ਦਾ ਸਵਾਲ ਬਣਿਆ ਪਿਆ ਉੱਥੇ, ਬਾਈ ਖਰਚਾ ਕਰਨਾ ਉਹਨਾਂ ਨੇ, ਉਹਨਾਂ ਨੇ ਐਲਸੀਡੀਆਂ ਵੀ ਦੇਣੀਆਂ, ਉਹਨਾਂ ਨੇ ਮੋਟਰਸਾਈਕਲ ਵੀ ਦੇਣੇ ਆ, ਠੀਕ ਹੈ ਨਾ, ਉਹਨਾਂ ਨੇ ਹੋਰ ਪੈਸਾ ਵੀ ਵੰਡਣਾ, ਹਰ ਇੱਕ ਚੀਜ਼ ਹੱਥ ਕੰਢੇ ਬਣਾਉਣੇ ਆ। ਗਾਹਾਂ ਦੂਏ ਪਾਸੇ ਕਾਂਗਰਸ ਦਾ ਵਿਚਾਰੀ ਦਾ ਉਹ ਵਿਚਾਰੀਆਂ ਦੇ ਵਿੱਚ ਆਉਣ ਲੱਗ ਗਈ ਹੁਣ, ਕਿਉਂ ਉਹਨਾਂ ਕੋਲ ਹੁਣ ਉੱਥੇ ਪਹਿਲਾਂ ਜੀਰੋ ਏ ਤਾਂ ਉਹਨਾਂ ਦਾ ਕੰਮ ਉੱਥੇ, ਹੁਣ ਉਹ ਕਹਿੰਦੇ ਵੀ ਪੰਜ ਸੱਤ ਕੁ ਸੀਟਾਂ ਸਾਨੂੰ ਵੀ ਮਿਲ ਜਾਵੇ, ਸਾਡੇ ਵੀ ਪੈਰ ਜੰਮ ਜਾਵੇ ਦੁਬਾਰੇ ਉਰੇ ਵੀ, ਕਿਉਂਕਿ ਦਿੱਲੀ ਦੇ ਉੱਪਰ ਪੂਰਾ ਹਿੰਦੁਸਤਾਨ ਵਸਿਆ, ਜੋ ਦਿੱਲੀ ਦੇ ਵਿੱਚ ਹੁੰਦਾ ਹਿੰਦੁਸਤਾਨ ਦੇ ਉੱਪਰ ਪੂਰੇ ਦੇ ਨਜ਼ਰਾਂ ਅਸਰ ਹੁੰਦੇ ਆ, ਅਸਰ ਹੁੰਦਾ ਉਸ ਚੀਜ਼ ਦਾ, ਉਹ ਕਹਿੰਦੇ ਸਾਨੂੰ ਵੀ ਕੁਛ ਨਾ ਕੁਛ ਮਿਲੇ, ਉਹਨਾਂ ਨੇ ਵੀ ADOT ਦਾ ਜ਼ੋਰ ਲਾਇਆ ਪਿਆ ਪੂਰੇ ਦਾ ਪੂਰਾ, ਹੈ ਫਿਰ ਹੁਣ ਇੱਥੇ ਸਾਡੇ ਉਰੇ ਪੰਜਾਬ ਦੇ ਵਿੱਚ ਤਾਂ ਬਾਈ ਗੱਲਾਂ ਬਹੁਤ ਮਾਰਦੇ ਆ ਕਿ ਇੱਕ ਕਹਿੰਦਾ ਆਏ, ਹੁਣ ਇੱਕ ਬੰਦਾ ਮੈਨੂੰ ਮਿਲਿਆ ਤਾਂ ਕਾਂਗਰਸੀ ਉਹਦਾ, ਮੈਂ ਹਾਲ ਮੋਬਾਈਲ ਦੇ ਵਿੱਚ ਮੈਂ ਉਹ ਕਰਨੀ ਹੈ ਉਹਦੀ ਡਾਊਨਲੋਡ ਕਰਕੇ ਦਿਖਾਉਣੀ ਉਹਨੂੰ, ਕਹਿੰਦਾ ਮੈਂ ਉਹਨੂੰ ਦੱਸਿਆ ਮੈਂ ਭਾਈ ਕੈਪਟਨ ਸਾਹਿਬ ਗਏ ਤੇ ਤੁਹਾਡੇ ਇੱਥੇ ਦਿੱਲੀ ਦੇ ਵਿੱਚ ਬਿਆਨ ਦੇਣ ਵੀ ਉੱਥੇ ਜਾ ਕੇ, ਕਹਿੰਦਾ ਮੈਂ ਤਾਂ 5000 ਸਮਾਰਟ ਸਕੂਲ ਬਣਾ ਤੇ, ਕਹਿੰਦਾ ਹੋ ਹੀ ਨੀ ਸਕਦਾ ਇਹ ਗੱਲ ਕਹੀ ਹੋਵੇ, 11 ਲੱਖ ਨੌਕਰੀਆਂ ਕਹਿੰਦਾ ਗਿਆ, ਹਾਂ ਕਹਿੰਦਾ 11 ਲੱਖ ਨੌਕਰੀ, ਮੈਂ ਉਹਨੂੰ ਦੱਸਿਆ ਮਹਾਂ 11 ਲੱਖ ਨੌਕਰੀਆਂ ਦਿੱਤੀਆਂ, ਮਹਾਂ ਭਾਈ ਕਿਹੜੀ ਲਿਖਦੀ ਹੈ ਉਰੇ ਦੱਸ ਮੈਨੂੰ ਹੋਰ, ਹੋਰ ਮਹਾਂ ਉਹ ਕਹਿੰਦਾ ਵੀ ਜੇ 70% ਵਾਧੇ ਜਿਹੜੇ ਕਰੇ ਹੋਏ ਕਹਿੰਦਾ ਪੂਰੇ ਕਰਤੇ, ਐਡੇ ਉੱਥੇ ਗੱਪਾਂ ਮਾਰੇ ਖਿਤਾਬ ਦੇ ਦਿੱਤਾ ਲੋਕਾਂ ਨੇ ਵੀ, ਪਹਿਲਾਂ ਤਾਂ ਇੱਕ ਉਦੋਂ ਆ ਖਾਲੀ ਦਾ ਲੜਾ ਹੁੰਦਾ ਤਾ ਗੱਪੀ, ਇਹਨੂੰ ਕਹਿੰਦੇ ਹੁਣ ਮਹਾਂ ਗੱਪੀ ਕਹਿਣਾ ਪੈਣਾ ਸਾਨੂੰ, ਪਾਣੀ ਫਰੀ ਹੈ, ਪਾਣੀ ਹੈ ਕਿਹਦਾ ਫਰੀ ਹੈ, ਨਹੀਂ ਉਹ ਗੱਲ, ਚਲੋ ਦੇਖੋ ਕੁਛ ਆਪਣੀਆਂ ਮੋਟਰਾਂ ਦੇ ਬਿੱਲਾਂ ਦੇ ਵਿੱਚ ਹੈਗੀ ਆ ਗੱਲ, ਅਸੀਂ ਜ਼ਿਮੀਂਦਾਰ ਭਰਾ ਵੀ ਹੈਗੇ ਹਾਂ, ਹੈ ਫਰੀ ਹੈ ਮੈਂ ਮੰਨਣਾ, ਸਾਨੂੰ ਮੋਟਰਾਂ ਦੇ ਇੱਕ ਇੱਕ ਸੋਚਣ ਦੀ ਗੱਲ ਇਹ, ਅਸੀਂ ਮੋਟਰਾਂ ਕੱਲ ਪਾਣੀ ਕਿਉਂ ਕੱਢਦੇ ਹਾਂ, ਸਾਡਾ ਪਾਣੀ ਤਾਂ ਜਾ ਰਿਹਾ ਉੱਧਰ ਨੂੰ, ਪਹਿਲਾਂ ਸਾਡਾ ਪੂਰਾ ਕਰ ਦੇਵੇ ਪਾਣੀ, ਸਾਨੂੰ ਇਹ ਮੋਟਰਾਂ ਦੇ ਬਿੱਲਾਂ ਦੀ ਲੋੜ ਹੀ ਨਹੀਂ ਹੈਗੀ ਦੇਣ ਦੀ, ਸਿੱਧੀ ਜਿਹੀ ਗੱਲ ਹੈ। ਹੁਣ ਉੱਥੇ ਬਿਜਲੀ ਉਰੇ ਹੈਗਾ, ਉਰੇ ਅਸੀਂ ਨੀ ਇਹ ਕਹਿੰਦੇ ਹੈਗੇ ਵੀ ਕਿਸੇ ਨੂੰ ਫਰੀ ਹੈ ਕਿਸੇ ਨੂੰ ਨਹੀਂ ਫਰੀ ਹੈ, ਹੈਗੇ ਆ ਜਿਹੜੇ ਛੋਟੇ ਤਬਕੇ ਦੇ ਲੋਕ ਆ ਉਹਨਾਂ ਨੂੰ ਕਾਫੀ ਹੱਦ ਤੱਕ ਕੁਛ ਪਰਸੈਂਟ ਫਰੀ ਕਰੇ ਹੋਏ ਆ, ਉਹਨਾਂ ਦੇ ਵਿੱਚ ਦੇ ਵੀ ਅੱਧੇ ਚੀਕਾਂ ਮਾਰਦੇ ਵੀ ਸਾਡਾ ਕਦੇ ਨੀ ਫਰੀ ਹੋਇਆ, ਉੱਥੇ ਸੁਣ ਲੈ ਉੱਥੇ ਹੁਣ ਦਿੱਲੀ ਦੇ ਵਿੱਚ ਕਿਆ ਗੱਲ ਹੈ, ਇਹ ਤਾਂ ਤੈਨੂੰ ਵੀ ਪਤਾ, ਲੋਕਾਂ ਨੂੰ ਵੀ ਦੱਸੀ ਅਸੀਂ ਗੱਲ ਇਸ ਦਾ ਵੀ ਦਿੱਲੀ ਦੇ ਵਿੱਚ ਹੈਗੀ ਜਿਹੜੀ ਇਸ ਸਮੇਂ ਉੱਥੇ ਨਾ ਕਿਸੇ ਅਮੀਰ ਨੂੰ ਦੇਖਿਆ ਗਿਆ ਨਾ ਕਿਸੇ ਗਰੀਬ ਨੂੰ ਦੇਖਿਆ ਗਿਆ, ਠੀਕ ਹੈ ਨਾ, ਉੱਥੇ ਸਭ ਨੂੰ ਇੱਕ ਲਾਈਨ ਦੇ ਵਿੱਚ ਰੱਖਿਆ ਗਿਆ। ਜਿਕਣਾ ਆਪਾਂ ਉੱਥੇ ਉਹ ਪਿੰਡ ਗਏ ਤੇ ਕਿਹੜਾ ਪਿੰਡ ਤਾ ਉਹ ਮਾਟੀ ਮਾਟੀ ਪਿੰਡ ਗਏ ਤੇ ਨਾ, ਉੱਥੇ ਲੋਕ ਪਤਾ ਕਿਆ ਕਹਿੰਦੇ ਤੇ, ਆਪਾਂ ਜਦ ਜਾਂਦੇ ਤੇ ਉਹ ਪਿੰਡਾਂ ਚ ਜਾਂਦੇ ਤੇ
ਉੱਥੇ ਬੱਚੇ ਪਤਾ ਕਿਆ ਕਹਿੰਦਾ, ਕੇਜਰੀਵਾਲ ਮੇਰਾ ਹੀਰੋ ਹੈ, ਬਿਜਲੀ ਦਾ ਬਿੱਲ ਜ਼ੀਰੋ ਹੈ ਕਹਿੰਦੇ ਤੇ। ਹਾਂ ਪਿੰਡਾਂ ਦੇ ਵਿੱਚ ਗਰੀਬ ਲੋਕ ਵੱਧ, ਇਹ ਤਾਂ ਗੱਲ ਬਿਜਲੀ ਦਾ ਬਿੱਲ ਜ਼ੀਰੋ। ਉੱਥੇ ਲਾ ਲਓ ਵੀ ਤੂੰ ਮੰਡੀ ਗਾਓ ਜਿਹੜਾ ਉਹ ਇੰਨਾ ਜਾਣਦੀ, ਉੱਥੇ ਸਹੂਲਤਾਂ ਇੰਨਾ ਵਧੀਆ ਸਹੂਲਤਾਂ ਦੇਖੀਆਂ, ਸਕੂਲ ਵੀ ਵਧੀਆ ਏ ਉੱਥੇ, ਹੈ ਇੱਕ ਥੋੜੀ ਜਿਹੀ ਸੜਕਾਂ ਦੀ ਥੋੜੀ ਜਿਹੀ ਘਾਟ ਆ। ਉਹ ਪਤਾ ਕਿ ਉਹ ਸੜਕਾਂ ਦੀ ਘਾਟ ਕਿਆ ਹੈ, ਉਹ ਜਿਹੜੇ ਜਿਸ ਏਰੀਏ ਦੇ ਵਿੱਚ ਉਹ ਪਿੰਡ ਵਸਿਆ ਵਾ, ਉਹਦੇ ਅੱਧਾ ਪਿੰਡ ਆ ਜਿਹੜਾ ਉਹ ਕਾਰਪੋਰੇਸ਼ਨ ਦੀ ਜਗ੍ਹਾ, ਉਹ ਫੋਰੈਸਟ ਗਾਰਡਨ ਦੀ ਜਗ੍ਹਾ, ਉੱਥੇ ਸਾਰੀ ਪ੍ਰੋਬਲਮ ਪੁੱਛੀ। ਅੱਧਾ ਪਿੰਡ ਠੀਕ ਨੀ ਤਾਂ ਮੁਰਲੇ ਪਾਸੇ ਸਾਰਾ ਸਾਰਾ, ਜਿਹੜੇ ਬੈਕ ਸਾਈਡ ਵਾਲਾ ਦਾ ਸਾਰੇ ਸਾਰਾ ਪਿੰਡ ਉਹ ਫੋਰੈਸਟ ਗਾਰਡ ਦੀ ਸੀ। ਜਦੋਂ ਉਹ ਗਲੀਆਂ ਦਾ ਸਾਰਿਆਂ ਦਾ ਉਹ ਹੋਣ ਲੱਗਿਆ, ਫਿਰ ਤੁਹਾਨੂੰ ਪਤਾ ਜਿਹੜੀ ਐਂਟੀ ਪਾਰਟੀ ਹੁੰਦੀ ਆ ਵੀ ਇਹਨਾਂ ਕਿਹੜੀ ਹੋ ਨਾ ਜਾਵੇ, ਇਹਨਾਂ ਨੇ ਸਾਨੂੰ ਵੋਟਾਂ ਨੀ ਪਾਈਆਂ, ਇਸ ਚੱਕਰ ਦੇ ਵਿੱਚ ਅੱਧਾ ਪਿੰਡ ਰਹਿ ਗਿਆ ਤਾ। ਮੈਨੂੰ ਤਾਂ ਸਾਰੀ ਗੱਲ ਦੱਸੀ ਉਹਨਾਂ ਨੇ ਉੱਥੇ ਭਲਵਾਨ ਸਾਹਿਬ ਨੇ, ਹਾਂ ਤੁਸੀਂ ਤਾਂ ਉਸ ਸਮੇਂ ਹੈ ਨੀ ਤੇ ਇਹ ਗੱਲ ਕਰਕੇ ਉੱਥੇ। ਮਤਲਬ ਉਹ ਯਾਰ ਦਿੱਲੀ ਪਤਾ ਕਿਆ ਗੱਲ ਹੈ ਯਾਰ, ਬਸ ਹੁਣ ਤਾਂ ਗੱਲ ਆ ਗਈ ਕੰਮ ਪਰ ਖੜ ਗਈ। ਬੰਦੇ ਨੇ ਜੇ ਕੰਮ ਚੰਗੇ ਕਰੇ ਹੈ ਤਾਂ ਉੱਥੇ, ਜੇ ਤਾਂ ਉਹਨਾਂ ਨੇ ਵੋਟ ਪਾ ਦਿੱਤੀ ਤਾਂ ਠੀਕ ਆ, ਨਹੀਂ ਉਹੀ ਗੱਲ ਫੇਰ ਹੋ ਗਈ ਵੀ ਇਹ ਤਾਂ ਕੰਮ ਡੁੱਬਿਆ ਲੈ, ਬਸ ਵੋਟੀ ਵਾਲਾ ਕੰਮ ਆ, ਜਿਹਦੇ ਕੋਲ ਰੁਪਈਆ ਗੇਰ ਦੋ ਠੀਕ ਹੈ, ਨਹੀਂ ਸਤਨਾ ਵਾਹਿਗੁਰੂ ਰਾਜਨੀਤੀ ਦੇ ਅਗਲੇ 50 ਸਾਲ ਵਾਸਤੇ ਖਤਮ ਹੈ। ਹੁਣ ਹੱਲ ਹੈਗੀ ਤੇ ਆਹ ਸਾਲ ਜੇ ਵੋਟ ਪਾਤੀ ਦਾ ਹੀਰੋ ਆ, ਨਹੀਂ ਜੀਰੋ ਆ, ਨਹੀਂ ਇਹ ਤਾਂ ਇਹੀ ਉਹ ਗੱਲਾਂ ਆ ਸਾਰੀਆਂ। ਹੁਣ ਇਹ ਫਰਕ ਪਿਆ ਵਾ, ਉਹ ਬੰਦੇ ਜ਼ੋਰ ਲਾ ਰਹੇ ਨੇ ਜਿਹੜੇ ਇੱਥੇ ਬੈਠੇ ਨੇ, ਇੱਥੇ ਬੈਠੇ ਨੇ ਉਹਨਾਂ ਨੂੰ ਇਹ ਵੀ ਇਹਨਾਂ ਦੇ ਬੱਚੇ ਸਾਡੇ ਬਰਾਬਰ ਹੋ ਰਹੇ ਨੇ। ਹੈਂ 5000 ਸਕੂਲ ਕਿੱਡੀ ਹਾਸੇ ਦੀ ਗੱਲ ਹੈ, ਦੱਸਿਆ ਕੈਪਟਨ ਸਾਹਿਬ ਕਹਿੰਦੇ 5000 ਸਕੂਲ, ਕਹਿੰਦੇ ਅਸੀਂ ਉਹ ਕਰਤਾ ਸਮਾਰਟ, ਮੇਰੇ ਆ ਕੇ ਝੱਲੀਆਂ ਦੇਖ ਲਵੇ, ਉਹ ਝੱਲੀਆਂ ਮੰਡ ਵਾਲੇ ਗੁਰਦੁਆਰਿਆਂ, ਹਾਂ ਗੁਰਦੁਆਰਿਆਂ ਨੇ ਸੇਵਾ ਕਰੀ, ਹਾਂ ਸੇਵਾ ਕਰੀ, ਕੁਛ ਦੋ ਚਾਰ ਦੋ ਪਿੰਡਾਂ ਨੇ ਮਾੜਾ ਮੋਟਾ ਇਕੱਠਾ ਕਰਕੇ ਇਕੱਠਾ ਕਰਤਾ। ਇੱਕ ਮੈਨੂੰ ਐਂ ਦੱਸ, ਉਹ 3-4 ਹਜ਼ਾਰ ਰੁਪਏ ਦੀ LCD ਭੇਜ ਕੇ, ਹੈਂ ਉਹ ਕਹਿੰਦੇ ਮੈਂ ਸਮਾਰਟ ਬਣਾਤਾ, ਸਮਾਰਟ ਸਕੂਲ ਬਣਾਤਾ, ਮੈਂ ਬਣਾਤਾ ਸਮਾਰਟ ਸਕੂਲ। ਯਾਰ ਗੱਲਾਂ ਬਸ ਜਾ ਕੇ ਦੇਖ ਲੋ, ਸੁਰਤਾ ਪਿੰਡ ਜਾ ਕੇ ਦੇਖ ਲੋ, ਮਾਸਟਰ ਜੀ ਨੇ ਆਪ ਬਣਾਇਆ ਕਮਰਾ ਯਾਰ, ਉਹ ਯਾਰ ਇਹਨਾਂ ਦੇ ਮੰਤਰੀ ਮੂੰਹਾਂ ਤੇ ਕਹਿੰਦੇ ਆ, ਕਹਿੰਦੇ ਵੀ ਆਪਣੇ ਪਿੰਡਾਂ ਜਿਹੜੇ NRI ਬੈਠੇ, ਕਹਿੰਦੇ ਉਹਨਾਂ ਨੂੰ ਝੰਝੋੜੋ ਥੋੜਾ ਜਿਹਾ, ਉਹਨਾਂ ਨੂੰ ਕਹੋ ਵੀ ਸਾਡੇ ਸਕੂਲ ਬਣਾਉਂਦੇ, ਵੀ ਤੁਸੀਂ ਕਿਆ ਕਰਦੇ ਆ, ਇਹਨਾਂ ਨੇ ਖਾਣ ਪਰੇ ਰੱਖਿਆ ਵਾ ਸਾਰਾ ਕੁਛ, ਹੋਰ ਕਰਨਾ ਕਿਆ ਇਹਨਾਂ ਨੇ ਯਾਰ। ਮੈਨੂੰ ਤਾਂ ਸਮਝ ਨੀ ਲੱਗਦੀ ਇਹਨਾਂ ਲੋਕਾਂ ਦੀ, ਸਮਝ ਲੱਗਦੀ ਜਿਹੜੇ ਵੋਟਾਂ ਪਾਉਂਦੇ ਇਹਨਾਂ ਨੂੰ, ਮੂਰਖ ਲੋਕ। ਅਸਲ ਚ ਸਭ ਤੋਂ ਵਧੀਆ ਦਿੱਲੀ ਠੀਕ ਨੀ ਹੈਗੀ ਉਹ ਯਾਰ, ਸਾਡੇ ਅਸੀਂ ਕਾਹਦੀ ਮਦਦ ਕਰਨ ਗਏ ਤੇ ਯਾਰ, ਗੱਲ ਸੁਣ ਇੱਕ, ਸਾਡੇ ਪਿੰਡ ਭੈਣੀ ਜਾਣਦੀ, ਉੱਥੇ ਸਕੂਲ ਨੂੰ ਹੁਣ ਰੰਗ ਰੋਗਨ ਹੋ ਗਿਆ, ਉੱਥੇ ਇੱਕ ਸਾਡੇ ਡਾਕਟਰ ਆ ਦੰਦਾਂ ਵਾਲਾ ਡਾਕਟਰ, ਕਿਹਾ ਇਹਦਾ ਨਾਮ ਧੀਰਾ, ਉਸ ਇੱਕ ਸਾਡੇ ਫੌਜੀ ਆ ਸਾਡੇ ਪਿੰਡ ਦਾ, ਉਹਨਾਂ ਨੇ ਕੋਈ ਥੋੜੇ ਬਹੁਤੇ ਪੈਸੇ ਭੇਜੇ ਆ, ਉਹਨਾਂ ਨੇ ਜਾਂਦੀ ਇਹ ਝੂਲੇ ਝਾਲੇ ਲਵਾਏ ਆ ਸਾਰਾ ਕੁਛ, ਫਿਰ ਇਹੋ ਹੀ NRI ਭਰਾ ਹੋ ਗਏ ਸਾਰੇ ਰਲ ਮਿਲ ਕੇ ਜਾਣਦੀ। ਹੁਣ ਜੇ ਕਹੇ ਨਾ ਵੀ ਸਰਕਾਰ ਨੇ ਕਰਿਆ, ਉਹ ਬਿਲਕੁਲ ਝੂਠ ਬੋਲਣ ਹੁਣ ਸਾਡੇ ਪਿੰਡ ਦਾ ਨਾ, ਪਿਛਲੀ ਜਿਹੜੀ ਪਿਛਲੀ 5 ਸਾਲ ਪਹਿਲਾਂ ਲਗੇ ਆ ਸਾਡੇ, ਹੁਣ MLA ਚ ਚੰਨੀ 3 ਵਾਰ ਬਣੇ ਆ, ਪਹਿਲਾਂ ਇਹ ਕਹਿਣਾ ਤਾਂ ਸਾਡੀ ਸਰਕਾਰ ਨੀ ਹੈਗੀ, ਹੁਣ ਤਾਂ ਸਰਕਾਰ, ਹੁਣ ਤਾਂ ਮੰਤਰੀ ਆ, ਹੁਣ ਤਾਂ ਕੁਛ ਵੀ ਕਰ ਸਕਦਾ, ਬੇਲੇ ਵਾਲੀ ਪੁਲੀ ਦੇਖ ਲਾ, 3 ਸਾਲ ਹੋ ਗਏ, 2 ਸਾਲ ਲੱਗਦੀ ਨੂੰ ਲਟਕਦੀ ਵਿਚਾਰੇ, ਜਦ ਪਾਣੀ ਆ ਜਾਂਦਾ ਕਿੰਨਾ ਬੁਰਾ ਹਾਲ ਆ। ਉਹ ਨਾਲੇ ਕਹਿੰਦੇ ਜਿਹੜੀ 50 ਲੱਖ ਰੁਪਏ ਦੇ ਵਿੱਚ ਚੀਜ਼ ਬਣਨੀ, ਤੂੰ ਤਾਂ 3.5 ਕਰੋੜ ਰੁਪਇਆ, 3.5 ਕਰੋੜ ਗੱਲ ਹੋਵੇ, 2.5 ਕਰੋੜ ਜਿਹੜਾ ਹੁਣ ਇਹਦੇ ਕੋਲ ਬਚਣਾ, ਜਿਹੜੇ ਪੈਸੇ ਬਚਣੇ ਆ, ਉਹ ਜਿਹੜੇ ਪੈਸੇ ਬਚਣੇ ਆ ਫਿਰ ਇਹਨੇ ਦਾਰੂ ਪਰੇ ਲਾਉਣੇ ਆ, ਸਾਡੀ ਜਨਤਾ ਜਿਹੜੀ ਭੈਣ ਚੋ ਫੁੱਦੂ ਜਨਤਾ ਸਾਡੀ, ਜਿਹੜੀ ਕੁੜੀ ਚੋਦੀ ਜਿਹੜੀ
ਸੌ ਰੁਪਈਏ ਦੀ ਉਹ ਬੋਤਲ ਸਾਰੀ ਦਸ ਰੁਪਏ ਦੀ ਪੈਂਦੀ ਆ। ਹਾਂ ਦਸ ਰੁਪਏ ਦੀ ਬੋਤਲ ਪਿੱਛੇ ਲੋਕ ਵਿਕ ਜਾਂਦੇ ਆ, ਇਹਨਾਂ ਨੂੰ ਆਪਣੀ ਜਾਂਦੀ ਬੋਰਡ ਦਾ ਨੀ ਪਤਾ ਹੈਗਾ। ਮੈਨੂੰ ਦੇਖ, ਇੱਕ ਸਿਆਣੇ ਬੰਦੇ ਨੇ ਇੱਕ ਗੱਲ ਕਹੀ ਸੀ, ਕਹਿੰਦੇ ਜਿਹੜੀ ਬੋਟ ਹੁੰਦੀ ਆ ਨਾ ਆਪਣੀ, ਉਹ ਆਪਣੀ ਧੀ ਸਮਾਨ ਹੁੰਦੀ, ਆਪਣੀ ਬੇਟੀ ਸਮਾਨ ਹੁੰਦੀ ਆ। ਜਿਵੇਂ ਅਸੀਂ ਨਾ ਮਤਲਬ ਆਪਣੀ ਧੀ ਦੇ ਵਾਸਤੇ ਪੜ੍ਹਿਆ ਲਿਖਿਆ ਨੌਕਰੀ ਵਾਲਾ ਇਮਾਨਦਾਰ ਬੰਦਾ ਲੱਭਦੇ ਆ, ਮੁੰਡਾ ਲੱਭਦੇ ਆ, ਐਸੇ ਤਰ੍ਹਾਂ ਸਾਨੂੰ ਆਪਣੀ ਵੋਟ ਵਾਸਤੇ ਇਮਾਨਦਾਰ ਸਰਕਾਰ ਲੱਭਣੀ ਚਾਹੀਦੀ, ਇਮਾਨਦਾਰ ਬੰਦਾ ਲੱਭਣਾ ਚਾਹੀਦਾ, ਪੜ੍ਹਿਆ ਲਿਖਿਆ ਲੱਭਣਾ ਚਾਹੀਦਾ, ਸਮਝ ਗਏ ਨਾ। ਪਰ ਇੱਥੇ ਤਾਂ ਬਾਈ ਅੰਨੀ ਪੀਂਦੀ ਕੁੱਤੇ ਚੱਟਦੇ ਆ, ਸਮਝ ਕੁਛ ਨੀ ਲੱਗਦਾ ਹੈਗਾ। ਦੋ ਕੁ ਪਿੰਡ ਦੇ ਨਾ ਦੇਖੋ ਇੰਨੇ ਸੋਹਣੀਆਂ ਸਹੂਲਤਾਂ ਬੰਦਿਆਂ ਦੀਆਂ ਹਨਾ, ਉਹਨਾਂ ਨੂੰ ਇਹੀ ਨੀ ਪਤਾ ਲੱਗਦਾ ਸੀ ਕਿਹਦੀ ਮਦਦ ਕਰਨੀ ਕਿਹਦੀ ਨੀ। ਥੋੜੀ ਜਿਹੀ ਚੌਧਰ ਦੇ ਪਿੱਛੇ ਨਾ ਨੱਠੇ ਫਿਰੀ ਜਾਂਦੇ ਮੂਹਰੇ, ਕਿਰਪਾਨਾਂ ਇੱਥੇ ਨੂੰ ਪਾਈਆਂ ਹੋਈਆਂ, ਦਾਰੂਆਂ ਪੀਂਦੇ ਅੰਦਰ ਬੜਾ, ਨਹੀਂ ਦਾਰੂਆਂ ਪੀਂਦੇ ਨਹੀਂ। ਚੱਲ ਮੈਂ ਨੀ ਕਹਿੰਦਾ ਵੀ ਕੋਈ ਪੀਂਦਾ ਹੋਊਗਾ, ਇਹ ਨੀ ਕਹਿੰਦਾ ਦਾਰੂ ਪੀ ਲਵੇ ਆਪ ਪੀ ਲਵੇ, ਪਰ ਇਹ ਥੋੜਾ ਵੀ ਕਿਰਪਾਨ ਪਾਈ ਵੀ ਹੈ ਐਡੀ ਝੋਲੀ ਟੰਗੀ ਵੀ ਲੋਕਾਂ ਦੇ ਘਰਾਂ ਜਾ ਕੇ ਬੋਤਲਾਂ ਦੇਵੇ ਹਾਂ ਵੋਟਾਂ ਦੇ ਟਾਈਮ, ਉਹ ਕਾਹਦੇ ਕਰਦੇ ਹੈ। ਪੀ ਲਓ, ਸਾਨੂੰ ਕੋਈ ਇਤਰਾਜ਼ ਨੀ, ਰੱਜ ਰੱਜ ਪੀਓ, ਆਪਣੇ ਵਾਸਤੇ ਆਪਣੇ ਲਿਆ ਕੇ ਪੀ ਲਓ, ਠੀਕ ਹੈ ਨਾ ਗੱਲ। ਪਰ ਜਿਹੜੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਾਉਣਾ ਨਾ ਬਾਈ, ਉਹ ਚੰਗੀ ਗੱਲ ਨੀ, ਉਹ ਦੇਖਦਾ ਉੱਪਰ ਵਾਲਾ। ਅੱਜ ਜੇ ਤੁਸੀਂ ਕਿਸੇ ਦੇ ਧੀ ਪੁੱਤ ਨੂੰ ਲਾਉਂਦੇ ਆ ਨਾ ਕਿਸੇ ਉਹਦੇ ਤੇ, ਤਾਂ ਮਿੱਤਰ ਆ ਚਪੇੜ ਉਹਨਾਂ ਦੇ ਵੀ ਵੱਜਣੀ ਹੈ। ਜਿੱਦਣ ਉਹਨਾਂ ਦਾ ਧੀ ਪੁੱਤ ਲੱਗੂਗਾ ਨਾ, ਸਵਾਦ ਤਾਂ ਆਉਣਾ ਜਦ ਕਲੇਸ ਹੋਣਾ, ਵਾਲ ਪਟਾਈ ਹੋਣੀ ਘਰ, ਰੱਬ ਤਾਂ ਦੇਖਦਾ ਹੈਗਾ। ਫਿਰ ਬਹੂਆਂ ਭੱਜਦੀਆਂ ਤਾਂ ਹੀ ਭੱਜਦੀਆਂ, ਥੋੜਾ ਕੋਈ ਕੇਸ ਬਹੂਆਂ ਭੱਜਦੀਆਂ, ਫਿਰ ਦਾਰੂਆਂ ਵੜਦੇ ਆ, ਫਿਰ ਕਹਿੰਦੇ ਚਲੋ ਜੀ ਤੁਸੀਂ ਚਲੋ ਮੇਰੇ ਨਾਲ, ਕਿਹੜਾ ਜਾਂਦਾ ਕੌਣ, ਫਿਰ ਨੀ ਜਾਂਦਾ। ਫਿਰ ਬਾਈ ਗੱਲ ਤਾਂ ਠੀਕ ਹੈ, ਫਿਰ ਬਹੂਆਂ ਭੱਜਦੀਆਂ ਬਾਈ, ਤੇਰੇ ਕਹਾਣੇ ਸਹੀ ਹੈ। ਨਸ਼ਾ ਜਿੱਥੇ ਨਸ਼ਾ, ਨਸ਼ੇ ਦੇ ਤਾਂ ਬਾਈ ਲੜਾਉਣੇ ਹੀ ਲਾਉਣੇ ਆ, ਤਾਹਿਰਾ ਕੇਜਰੀਵਾਲ ਚੱਲ ਰਿਹਾ। ਹਾਂ ਇਹ ਗੱਲ ਹੈਗੀ ਆ, ਹੁਣ ਦੇਖਦੇ ਆ ਗੱਲ ਇੱਥੇ ਆ ਕੇ ਖੜਦੀ ਆ ਵੀ ਲੋਕ ਨਸ਼ੇ ਪੈਸੇ ਪਿੱਛੇ ਪੈਂਦੇ ਆ ਜਾਂ ਬਾਈ ਇਮਾਨਦਾਰੀ ਪਿੱਛੇ ਪੈਂਦੇ ਆ। ਸਿੱਧੀ ਗੱਲ ਆ, ਉਹ ਬੰਦੇ ਨੇ ਗਰੀਬਾਂ ਵਾਸਤੇ ਯਾਰ ਕੁਛ ਕਰਿਆ। ਮੈਂ ਤਾਂ ਇੱਕ ਗੱਲ ਦੇਖੀ ਆ, ਮੈਨੂੰ ਜੇ 90% ਲੋਕ ਮਤਲਬ 100% ਲੋਕ ਇਸ ਸਮੇਂ ਮੈਨੂੰ ਜੇ ਕਾਂਗਰਸੀ ਮਿਲੇ ਆ, ਉਹਨਾਂ ਚੋਂ 80 ਨੇ ਮੈਨੂੰ ਇਹ ਗੱਲ ਕਹੀ ਆ ਵੀ ਕੇਜਰੀਵਾਲ ਨੇ ਚੰਗੇ ਕੰਮ ਕਰੇ ਆ, ਠੀਕ ਹੈ ਨਾ। ਜੇ 100% ਮੈਨੂੰ ਅਕਾਲੀ ਮਿਲੇ ਆ, ਉਹਨਾਂ ਵਿੱਚੋਂ ਵੀ 80 ਨੇ ਮੈਨੂੰ, 100 ਵਿੱਚੋਂ 80 ਨੇ ਕਿਹਾ ਵੀ ਚੰਗਾ ਕੰਮ ਕਰ ਰਿਹਾ ਉਹ। ਪਰ ਉਹੀ ਬੰਦਿਆਂ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਨਾ, ਟਪੂਸੀ ਚੱਕ ਕੇ ਮੂਹਰੇ ਘੁੰਮਣਾ ਆਇਆ ਐਂ ਕਰਕੇ ਵੀ ਲੈ ਮੈਂ ਤੈਨੂੰ ਦਾਰੂ ਵੀ ਦਿੰਦਾ, ਮੈਂ ਤੇਰੇ ਕੰਮ ਵੀ ਕਰਾਊਂਗਾ, ਵੋਟ ਐਂ ਕਰਨੀ ਆ, ਤੁਸੀਂ ਐਂ ਕਰਨੀ ਆ। ਮਤਲਬ ਕਿ ਚੰਗੇ ਕੰਮ ਦੇ ਵਿੱਚ ਹਿੱਸਾ ਨਹੀਂ ਪਾਉਣਾ, ਮਾੜੇ ਕੰਮ ਦੇ ਵਿੱਚ ਹਿੱਸਾ ਪਾ ਕੇ ਖਲਾਰਾ ਪਾਉਣਾ। ਵੋਟ ਪਰੇ ਜਿੱਤ ਜਾਂਦਾ ਤਾਂ ਕਿੰਨਾ ਵਿਕਾਸ ਕਰਿਆ ਉਹਨੇ ਦਿੱਲੀ ਚ ਯਾਰ, ਅੰਤਾਂ ਨਗਰਾਈ ਪਈ। ਆਪਾਂ ਸਕੂਲ ਚ ਗਏ ਤੇ ਸਕੂਲ ਦੇਖਿਆ, ਮੁਹੱਲਾ ਕਲੀਨਿਕ ਦੇਖਿਆ, ਦੇਖੋ ਰੋਡ ਦੇਖੇ, ਪਤਾ ਰੋਡ ਦੇਖੇ, ਕੈਮਰੇ ਲੱਗੇ ਹੋਏ ਆ ਪਿੰਡ ਦੇ ਵਿੱਚ। ਉਹ ਪਿੰਡ ਦੇ ਨਾ ਛੋਟਾ ਜਿਹਾ ਪਿੰਡ ਆ ਜਾਂ ਬੜਾ ਪਿੰਡ ਆ, ਵਧੀਆ ਲੱਗੇ ਹੋਏ ਵੋਟ ਉੱਥੇ, ਛੋਟਾ ਜਿਹਾ ਪਿੰਡ ਨਾ ਦੇਖ, ਕਿੰਨੀ 15,000 ਵੋਟ ਤਾਂ ਹੈ, 15,000 ਵੋਟ ਹੈ। ਪਰ ਇੱਕ ਗੱਲ ਹੈਗੀ ਆ, ਦੇਖੇ ਨੀ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ, ਪਾਣੀ ਕਿੱਥੇ ਤੋਂ ਆਉਂਦਾ, 4 ਕਿਲੋਮੀਟਰ ਦੂਰ ਦਾ, 4 ਕਿਲੋਮੀਟਰ ਦੇ ਪਾਣੀ ਆ ਰਿਹਾ, ਇਹ ਤਾਂ ਗੱਲ ਹੈ। ਘੜੇ ਭਰਦੇ ਆ ਟੈਂਕਰਾਂ ਦੇ ਮਗਰ ਦੌੜਦੇ ਤੇ, ਡਰਮ ਕਿੰਨੇ ਪਏ ਤੇ ਉੱਥੇ, ਉਹਨੇ ਚਾਹੇ ਬਾਂਦਰ ਪਾਣੀ ਪੀਂਦੇ ਆ। ਹਾਂ ਇਹ ਵੀ ਹੈ ਗੱਲ, ਜਿਹੜੇ ਘਰ ਚ ਪਾਣੀ ਪਹੁੰਚਾਤਾ ਵਾ, ਪਹੁੰਚਾਤਾ ਘਰਾਂ ਚ ਪਾਣੀ ਯਾਰ, ਗੱਲ ਤਾਂ ਮੈਟਰੋ ਚ ਕਿਹਾ ਹੋਇਆ ਤਾਂ, ਮੈਟਰੋ ਚ ਕਿੰਨੀ ਦੁਨੀਆਂ ਖੜੀ ਸੀ, ਜਿਹਦੇ ਵਿੱਚੋਂ ਘੱਟੋ ਘੱਟ ਵੀ 1,000 ਤਾਂ ਬੰਦਾ ਹੈਗਾ ਇਹਦਾ ਸਾਰੀ ਮੈਟਰੋ ਚ, ਉਹਦੇ ਵਿੱਚੋਂ ਕਿੰਨਿਆਂ ਨੇ ਆਪਾਂ ਨੂੰ ਕਿਹਾ ਵੀ ਬਿਲਕੁਲ ਸਹੀ ਹੈ ਕੇਜਰੀਵਾਲ, ਜਦ ਵੋਟ ਪਾਉਣੀ ਬਾਈ ਫਿਰ ਪਤਾ ਨੀ ਨਾ ਲੱਗਣਾ ਹੈਗਾ। ਮੈਂ ਤਾਂ ਦਿੱਲੀ ਵਾਲੇ ਵੀਰਾਂ ਨੂੰ ਇਹੀ ਗੱਲ ਕਰਦਾ, ਹੁਣ ਝਾੜੂ ਨੂੰ ਪਾਓ, ਹੁਣ 4 ਬੰਦਿਆਂ ਨੂੰ, ਜਿਹਨੂੰ 4 ਬੰਦਿਆਂ ਨੂੰ ਐਲ ਸੀ ਡੀ ਮਿਲਣੀ ਆ 10,000 ਦੀ ਆ, ਅਗਲਾ ਕਹਿੰਦਾ 2,500 ਰੁਪਈਆ ਹੈਗਾ, 10,000 ਆ ਗਿਆ,
ਵੀ ਕੋਈ ਗੱਲ ਨੀ ਸਾਲੀ ਪਾ ਦੋ, ਉਹਨਾਂ ਨੂੰ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਨੀ ਪਤਾ ਹੈ, ਨਸ਼ੇ ਕਰਕੇ ਚਾਰ ਦਿਨ ਦਾ ਮਿਲ ਜਾਣੀ ਉਹਨਾਂ ਨੂੰ ਤਿੰਨ ਬੋਤਲਾਂ ਬਣਦੀਆਂ ਹੋ ਗਈਆਂ ਸਾਡੇ ਉਰੇ ਐਮਐਲਏ ਐਵੇਂ ਥੋੜੇ ਜਿੱਤਦੇ ਆ, ਟੀਕੇ ਲਿਆਉਣੇ ਠਾ ਠਾ ਭਰਨੇ, ਇਹਨਾਂ ਨੇ ਦੋ ਤਿੰਨ ਦਿਨ ਪੀਣਾ। ਦੇਖੋ ਗੱਲ ਸੁਣੋ, ਜਦ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਦੀ ਦਾਰੂ ਪੀ ਕੇ ਸਾਨੂੰ ਪਤਾ ਨੀ ਵੀ ਹਰ ਹਲਕੇ ਦੇ ਵਿੱਚ ਪੰਜ ਦਸ ਮਰਦੇ ਆ। ਆਪਾਂ ਤਾਂ ਇਹ ਕਹਿ ਸਕਦੇ ਹਾਂ ਦਿੱਲੀ ਵਾਲੇ ਵੀਰਾਂ ਨੂੰ ਵੀ ਭਾਈ ਹੱਥ ਬੰਨ ਕੇ ਬੇਨਤੀ ਆ ਵੀ ਵੋਟ ਝਾੜੂ ਨੂੰ ਪਾਉਣ ਸਾਰੀ, ਵਿਕਣਾ ਹਾਂ ਵਿਕਣਾ ਨੀ ਹੈਗਾ। ਜਦੋਂ ਪੰਜਾਬ ਦੀ ਵਾਰੀ ਆਣੀ ਆ ਫਿਰ ਅਸੀਂ ਪੰਜਾਬ ਵਾਲਿਆਂ ਨੂੰ ਇਹ ਬੇਨਤੀ ਕਰਦੇ ਵੀ ਝਾੜੂ ਨੂੰ ਵੋਟ ਪਾਓ। ਇਹ ਤਾਂ ਗੱਲ ਬਾਈ ਬਣਦੀ ਉਹ ਬਣਦੀ ਹੈ ਜਿੰਨੀ ਗੱਲ ਹੁਣ ਸਾਰੇ ਲੋਕ ਕਹੀ ਜਾਂਦੇ ਕਹਿੰਦੇ ਵੀ ਇੱਥੇ ਹਨੇਰੀ ਆ ਰਹੀ ਆ, ਦਿੱਲੀ ਤਾਂ ਆ ਗਈ ਕਹਿੰਦੇ ਪੰਜਾਬ ਚ ਵੀ ਆ ਰਹੀ ਆ, ਦਿੱਲੀ ਦੇ ਵਿੱਚ ਉਹ ਹਾਰ ਜਾਂਦਾ ਹੈ ਫਿਰ ਪੰਜਾਬ ਚ ਇਮਾਨਦਾਰੀ ਖਤਮ ਹੋ ਜੂਗੀ? ਫਿਰ ਐ ਕੱਲੀ ਦਿੱਲੀ ਪਰ ਨਾ ਗੱਲ ਕਰੀ, ਜੋ ਮੁੜ ਘਿੜ ਕੇ ਦਿੱਲੀ ਪਰ ਭਗਵੰਤ ਮਾਨ ਦੇ ਕਹਾਣੇ ਮੁੜ ਘਿੜ ਕੇ ਦਿੱਲੀ ਕਹਿੰਦਾ ਹੋਰ ਦਿਖਦਾ ਹੀ ਨਹੀਂ। ਉਹ ਸਾਡੇ ਪਿੰਡ ਚ ਬਲਬੀਰ ਮਿਸਤਰੀ ਆ, ਉਹਨਾਂ ਦਾ ਬਿੱਲ 50,000 ਰੁਪਏ ਆਇਆ ਹੋਇਆ, ਉਹਨਾਂ ਨੂੰ ਬਿਜਲੀ ਮਹਿਕਮੇ ਵਾਲੇ ਕਹਿੰਦੇ ਵੀ ਬਿੱਲ ਤਾਰੋ, ਉਹ ਕਿਤੇ ਵਿਚਾਰੇ 5,000 ਤਾਰਦੇ ਆ, ਕਿਤੇ 2,000 ਤਾਰਦੇ ਆ, ਕਦੇ ਇੱਧਰ ਬਿੱਲ ਬਿੱਲ ਉਨੇ ਦਾ ਉੱਡਾ, ਫਿਰ ਤੁਸੀਂ ਬਿਜਲੀ ਦਫ਼ਤਰ ਚਲੋ। ਮੈਂ ਕਿਹਾ ਭਾਈ ਪ੍ਰਸੰਤਪ ਸਿੰਘ ਮਾਹਲ ਨੂੰ ਅਸੀਂ ਕਹਿੰਦੇ ਆ ਚਲੋ ਆਪਾਂ ਘੁੰਮੇ ਆਵਾਂਗੇ, ਤੁਸੀਂ 5-4 ਭਾਈ ਬੰਦੇ ਆਪਾਂ ਬਿਜਲੀ ਕਰ ਥੋੜੇ ਕੁ ਦਿਨ ਦੀ ਗੱਲ ਆਪਾਂ ਨੇ, ਥੋੜੇ ਦਿਨ ਦੇ ਵਿੱਚ ਆਪਾਂ ਨੇ ਇੱਕ ਬਿਜਲੀ ਵਾਲੇ ਮੁੱਦੇ ਤੇ ਵੀ ਫੇਰ ਆਪਾਂ ਉਹ ਕਰਾਂਗੇ ਗੱਲਬਾਤ, ਤੇ ਇੱਕ ਜਿਹੜੀ ਆਪਣੀ ਆ ਹੁਣ ਵੇਲੇ ਤੋਂ ਵੇਲਾ ਰੋਡ ਰੋਪੜ, ਇਹਦਾ ਬਹੁਤ ਬੁਰਾ ਹਾਲ ਹੋਇਆ ਪਿਆ। ਜਿਹੜੇ ਸਾਡੀ ਵੀਡੀਓ ਦੇਖਦੇ ਆ ਇਸ ਸਮੇਂ ਉਹਨਾਂ ਨੂੰ ਵੀ ਬੇਨਤੀ ਹੈ ਇਸ ਗੱਲ ਦੀ ਕਿ ਭਾਈ ਸਾਰੇ ਇਕੱਠੇ ਹੋ ਕੇ ਧਰਨਾ ਦੋ ਰੇ ਮਾੜਾ ਜਿਹਾ, ਕਿਉਂਕਿ ਅੱਜ ਸਮਾਂ ਉਹ ਹੋਇਆ ਹੋਇਆ ਪੰਜਾਬ ਦੇ ਵਿੱਚ ਵੀ ਜੇ ਕਹਿੰਦੇ ਬੱਚਾ ਨਾ ਰੋਵੇ ਤਾਂ ਮਾਂ ਵੀ ਦੁੱਧ ਨਹੀਂ ਪਿਲਾਉਂਦੀ, ਰੋਣਾ ਪੈਣਾ ਸਾਰਿਆਂ ਨੂੰ। ਹਾਂ ਬਾਈ ਸੁਣੋ, ਰੋਣਾ ਪੈਣਾ, ਗੱਲ ਸੁਣ ਲਓ, ਇਹ ਖਾਲੀ ਦਾ ਲੜਿਆ ਤੇ ਦੇਖ ਲਓ ਜਿਹੜਾ ਪੱਠਾ ਬਿਠਾਲਾ ਹੀ ਬਿਠਾਲਾ, ਤਾਂ ਇਹਨੇ ਵੀ ਸੌਵਾਂ ਖਾਲੀਆਂ ਦੀਆਂ, ਜਿਹੜੀ ਹੁਣ ਸਰਕਾਰ ਹੈ ਇਹਨਾਂ ਨੇ ਵੀ ਗੁਟਕਾ ਸਾਹਿਬ ਦੀਆਂ ਸੌਵਾਂ ਖਾਧੀਆਂ ਹੋਈਆਂ ਹੈ। ਫਿਰ ਜਿਹੜੇ ਇਹਨਾਂ ਦੇ ਮਗਰ ਬੰਦੇ ਲੱਗੇ ਹੋਊਗੇ ਨਾ, ਉਹ ਵੀ ਉਸ ਉਹਦੇ ਹਿੱਸੇਦਾਰ ਹੋਣਗੇ ਜਿਹੜੀ ਉਹਨੇ ਝੂਠ ਖਾਧੀਆਂ ਗਈਆਂ ਸੌਵਾਂ। ਹੁਣ ਜਿੱਦਣ ਅਸੀਂ ਕੋਈ ਗਲਤ ਕੰਮ ਕਰੂੰਗੇ ਨਾ, ਸਾਡੇ ਮਗਰ ਅਸੀਂ ਬੇਨਤੀ ਕਰਕੇ ਸਾਰਿਆਂ ਨੂੰ ਕਹੂੰਗੇ, ਸਾਡੇ ਮਗਰ ਲੱਗਣ ਦੀ ਲੋੜ ਨੀ। ਬਾਕੀ ਬੰਦੇ ਨੂੰ ਆਪੇ ਅਕਲ ਹੁੰਦੀ ਕੌਣ ਸਹੀ ਆ ਕੌਣ ਚੰਗਾ ਬਾਈ, ਠੀਕ ਹੈ ਨਾ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ, ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾਲੇ, ਤੇ ਜਿਹੜੀਆਂ ਸਾਡੀਆਂ ਇੱਕ ਦੁਨਿਆਵੀ ਜਿਹੀਆਂ ਗੱਲਾਂ ਨੇ, ਸਾਡੀਆਂ ਦੇਸੀ ਜਿਹੀਆਂ ਗੱਲਾਂ ਨੇ, ਤੇ ਅੱਗੇ ਨੂੰ ਵੀ ਹੋਰ ਵੀਡੀਓਜ਼ ਪਾਵਾਂਗੇ ਤੁਹਾਨੂੰ, ਤੇ ਇਹ ਵੱਧ ਤੋਂ ਵੱਧ ਵੀਡੀਓ ਨੂੰ ਮਾੜੇ ਜਿਹਾ ਦਿੱਲੀ ਜ਼ਰੂਰ ਪਜਾਇਓ। ਦਿੱਲੀ ਵਾਲੇ ਵੀਰਾਂ ਨੂੰ ਬੇਨਤੀ ਆ ਭਰਾਵੋ, ਚਾਹੇ ਕੰਮ ਜਿਤਾ ਲਓ ਚਾਹੇ ਵਿਕ ਜਿਓ, ਵਿਕੇ ਹੋਏ ਬੰਦੇ ਕੁੱਤੇ ਹੁੰਦੇ ਆ, ਕੰਮ ਨੂੰ ਜੇ ਤੁਸੀਂ ਜਿਤਾ ਦੋਗੇ ਤੁਹਾਡੇ ਵਰਗਾ ਕੋਈ ਸਿਆਣਾ ਨਹੀਂ ਹੋਊਗਾ, 5 ਸਾਲ ਚ ਰਾਜਾ ਬਣ ਜੂਗਾ। ਬਿਲਕੁਲ ਜੀ ਬਿਲਕੁਲ, ਕੋਈ ਸਿਆਣਾ ਨਹੀਂ ਹੋਊਗਾ, ਬਗੈਰ ਕਹੇ ਤੇ ਕੰਮ ਹੋਇਆ, ਜਿੰਨੀ ਕੁ ਉਹਦੀ ਔਕਾਤ ਸੀ ਉਹਨੇ ਕਰੇ ਆ। ਪਹਿਲੇ 3.5 ਸਾਲ ਤਾਂ ਉਸ ਬੰਦੇ ਨੂੰ ਕੰਮ ਨੀ ਕਰਨ ਦਿੱਤਾ ਉਹਨਾਂ ਨੇ, 1.5 ਸਾਲ ਵਿੱਚ ਹੀ ਇੰਨਾ ਕੰਮ ਕਰਿਆ, ਜੇ ਕਿਤੇ 5 ਤੇ 5 ਸਾਲ ਉਹਨੂੰ ਮਿਲ ਜਾਂਦੇ ਨਾ, ਨੇਰੀ ਕੇਜਰੀਵਾਲ ਮੇਰਾ ਹੀਰੋ ਹੈ, ਬਿਜਲੀ ਦਾ ਬਿੱਲ 0 ਹੈ, ਕਹਿੰਦਾ
ਅੱਛੇ ਬੀਤੇ ਪਾਸਾ ਲਗੇ ਰਹੋ ਕੇਜਰੀਵਾਲ। ਇੱਕ ਗੱਲ ਦੇਖਣ ਵਾਲੀ ਹੈਗੀ ਆ, ਨਿਆਣੇ ਨੂੰ ਨਾਰੇ ਕਿੱਥੇ ਦੇ ਯਾਦ ਹੋ ਗਏ? ਇੱਕੋ ਕਹਿੰਦਾ ਤਾਂ ਟੀਟ ਬੰਟੀ ਕਿਆ ਛੋਟੇ ਬੱਚੇ ਕਹਿੰਦੇ ਨੇ ਕਿਕਣਾ 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 ਪਿਕਣਾ ਨਾ, ਮੈਨੂੰ ਨੀ ਪਤਾ ਕਿਆ ਕਹਿੰਦਾ ਸੀਟ ਤੇ ਪਤੀ ਚੱਕਣਾ ਕੇਜਰੀਵਾਲ ਸੀਟ ਤੇ। ਮੈਨੂੰ ਬੰਦਾ ਦੱਸੇ ਕਹਿੰਦਾ ਕਹਿੰਦਾ ਗੱਲ ਤਾਂ ਸੁਣੋ, ਕਹਿੰਦੇ ਇਹ ਕਹਿੰਦੇ ਜੀਤੇਗਾ ਵੀ ਜੀਤੇਗਾ, ਕਹਿੰਦਾ ਨਿਆਣੇ ਕਹਿੰਦੇ ਝਾੜੂ ਵਾਲਾ ਜੀਤੇਗਾ, ਕਹਿੰਦਾ ਉਧਰ ਕਹਿੰਦੇ ਜੀਤੇਗਾ ਜੀਤੇਗਾ, ਜਾ ਰਹੇ ਤਾਂ ਫੁੱਲ ਵਾਲੇ ਤੇ, ਉਹ ਤਾਂ ਕਹਿੰਦੇ ਜੀਤੇਗਾ ਵੇ ਜੀਤੇਗਾ ਭਗਵਾ ਚੋਲਾ ਜੀਤੇਗਾ, ਹੈ ਉਹ ਆਏ ਕਹਿੰਦੇ ਜਾਂਦੇ ਤੇ ਪਿੱਛੇ ਨਿਆਣੇ ਜੂੰ ਜੁੜੇ ਨਾਲ 25-30 ਉਹ ਕਹੇ ਕਹਿੰਦੇ ਜੀਤੇਗਾ ਵੀ ਜੀਤੇਗਾ, ਕਹਿੰਦਾ ਪਿੱਛੇ ਕਹਿੰਦੇ ਝਾੜੂ ਵਾਲਾ ਜੀਤੇਗਾ।